ਇਹ ਜੋ ਬਿੱਲ ਨੇ ਜੀ, ਸਭ ਤੋਂ ਪਹਿਲੀ ਗੱਲ, ਤਿੰਨ ਬਿੱਲ ਪਾਸ ਹੋਏ ਨੇ। ਇਹ ਬਿੱਲਾਂ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਦੀ ਬਿੱਲਾਂ ਦੀ ਬਣਤਰ ਹੈ ਉਹ ਇਸ ਢੰਗ ਨਾਲ ਬਣਾਈ ਗਈ ਹੈ ਵੀ ਜਦੋਂ ਜੋ ਕੋਈ ਵੀ ਇਨਸਾਨ ਬਿੱਲਾਂ ਨੂੰ ਪੜ੍ਹੂਗਾ ਤਾਂ ਉਹ ਬਿੱਲ ਇਸ ਤਰ੍ਹਾਂ ਲੱਗਦੇ ਨੇ ਕਿ ਇਹ ਤਾਂ ਕਿਸਾਨ ਪੱਖੀ ਬਿੱਲ ਨੇ, ਪਰ ਜਦੋਂ ਉਹਨਾਂ ਨੂੰ ਘੋਖ ਕੇ ਉਹਨਾਂ ਨੂੰ ਵਿਚਾਰਿਆ ਜਾਂਦਾ, ਜਦੋਂ ਉਹਨਾਂ ਨੂੰ ਪੜ੍ਹਿਆ ਤਾਂ ਇਹ ਪਤਾ ਲੱਗਦਾ ਕਿ ਕਿਸਾਨਾਂ ਦੇ ਹੱਥੋਂ, ਕਿਸਾਨਾਂ ਦੀਆਂ ਜ਼ਮੀਨਾਂ, ਕਿਸਾਨਾਂ ਦੇ ਹੱਕ, ਸਭ ਕੁਝ ਜ਼ਿਮੀਂਦਾਰਾਂ ਤੋਂ ਖੋ ਕੇ ਸੈਂਟਰ ਦੇ ਪਾਲੇ 'ਚ ਜਾਇਆ ਗਿਆ। ਬਿੱਲ ਦੇ ਵਿੱਚ ਇੱਕ ਸਪੈਸ਼ਲ ਕਲੌਜ਼ ਦਿੱਤਾ ਹੋਇਆ ਫਾਰਮਰਸ ਦਾ। ਉਹ ਫਾਰਮਰ, ਜੇ ਆਪਾਂ ਆਪਣੀ ਭਾਸ਼ਾ ਮੁਤਾਬਕ ਆਪਾਂ ਫਾਰਮਰ ਸਮਝਦੇ ਹਾਂ ਵੀ ਅਸੀਂ ਆਪਾਂ ਖੇਤੀ ਕਰਦੇ ਹਾਂ ਤਾਂ ਆਪਾਂ ਫਾਰਮਰ ਹੈ, ਪਰ ਐਕਟ ਦੇ ਵਿੱਚ ਫਾਰਮਰ ਉਸ ਨੂੰ ਦਿਖਾਇਆ ਗਿਆ ਜੋ ਉਸ ਖੇਤੇ 'ਤੇ, ਜੋ ਉਸ ਜ਼ਮੀਨ 'ਤੇ ਕੋਈ ਵੀ ਖੇਤੀ ਕਰੂਗਾ, ਕੋਈ ਵੀ ਠੇਕੇ ਹਿੱਸੇ 'ਤੇ ਲਊਗਾ, ਠੇਕੇ ਹਿੱਸੇ 'ਤੇ ਹੋਊਗੀ ਕੰਪਨੀ, ਉਸ ਤੋਂ ਵੱਡੀ ਗੱਲ ਸਾਰੀਆਂ ਮਾਲਕੀਆਂ ਛੱਡ ਕੇ ਆਪਾਂ ਜ਼ਮੀਨ ਆਪਣੇ ਰਿਸ਼ਤੇ ਹੋਏ ਨੇ, ਆਪਣੇ ਪਿਓ ਦਾਦਿਆਂ ਦੇ ਰਿਸ਼ਤੇ ਹੋਏ ਨੇ, ਬੱਚਿਆਂ ਦੇ ਰਿਸ਼ਤੇ ਹੋਏ ਨੇ, ਜ਼ਮੀਨਾਂ ਨੂੰ, ਜੱਦੀ ਜ਼ਮੀਨਾਂ ਨੂੰ ਹੋਏ ਨੇ, ਪਰ ਹੁਣ ਕੀ ਹੋ ਜਾਣਾ, ਇੱਕ ਪ੍ਰਾਈਵੇਟ ਕਾਰਪੋਰੇਟ ਕੰਪਨੀ ਆਉਣਗੀਆਂ, ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਏਕੜ ਦੇ ਫਾਰਮ ਹਾਊਸ ਹੋਣਗੇ ਜਿੱਥੇ ਸਾਨੂੰ ਸਾਡੀ ਜ਼ਮੀਨ 'ਤੇ ਖੇਤੀ ਕਰਨ ਦਾ, ਸਾਡੀ ਜ਼ਮੀਨ 'ਤੇ ਹੀ ਫਸਲ ਉਗਾਉਣ ਦੀ ਸਾਨੂੰ ਦਿਹਾੜੀ ਮਿਲਿਆ ਕਰੂਗੀ, ਅਸੀਂ ਆਪਣੇ ਖੇਤ ਹੀ ਆਪੇ ਟਿਫਨ ਲੈ ਕੇ ਜਾਇਆ ਕਰਾਂਗੇ। ਇੱਕ ਸਭ ਤੋਂ ਵੱਡੀ ਪਾਵਰ ਬਣਾਤੀ ਉਹਨਾਂ ਨੇ ਸਪੌਂਸਰ, ਅਜੇ ਤੱਕ ਕਿਸੇ ਬੁਲਾਰੇ ਕਿਤੇ ਇਸ ਚੀਜ਼ ਦਾ ਜ਼ਿਕਰ ਨਹੀਂ ਹੋਇਆ। ਸਪੌਂਸਰ ਕਿਸ ਨੂੰ ਦਿਖਾਇਆ ਗਿਆ? ਅੰਬਾਨੀਆਂ ਅਡਾਨੀਆਂ ਨੂੰ। ਉਹ ਸਪੌਂਸਰ ਕਰਨਗੇ ਕਿਸੇ ਫਾਰਮਰ ਨੂੰ ਵੀ ਤੂੰ ਇਸ ਜ਼ਮੀਨ 'ਤੇ ਮੂੰਗੀ ਹੀ ਉਗਾਏਗਾ, ਤਾਂ ਉੱਥੇ ਕਿਸੇ ਵੀ ਕਿਸਾਨ ਦੀ ਇਹ ਜ਼ਰੂਰਤ ਨਹੀਂ ਹੋਊਗੀ ਵੀ ਉਹ ਉਹਨਾਂ ਤੋਂ ਬਾਹਰ ਜਾ ਕੇ ਕੋਈ ਫਸਲ ਵੇਚੂਗਾ। ਉਸ ਤੋਂ ਬਾਅਦ ਇਹਦੀ ਜਿਹੜੀ ਲਿਟੀਗੇਸ਼ਨ ਦਾ ਜੋ ਮਾਮਲਾ ਹੈ, ਲਿਟੀਗੇਸ਼ਨ ਵੀ ਇੰਨੀ ਕੁ ਕਮਜ਼ੋਰ ਬਣਾਈ ਗਈ ਹੈ ਵੀ ਇੱਕ SDM ਅਤੇ DC ਹੀ ਇਹਨਾਂ ਦੇ ਝਗੜਿਆਂ ਦਾ ਨਿਪਟਾਰਾ ਕਰ ਸਕਦਾ, ਜੋ ਕਿ ਨਿਰਾਪਰਾ ਰਾਜਨੀਤਿਕ ਅਹੁਦੇ ਨੇ। ਆਪਾਂ ਸਾਰੇ ਕਿਸਾਨ ਵੀਰਾਂ ਜਾਣਦੇ ਹਾਂ ਕਿ ਆਪਾਂ ਇੱਕ ਛੋਟੀ ਜਿਹੀ ਤਕਸੀਮ ਕਰਾਉਣੀ ਹੋਵੇ ਤਾਂ SDM ਤਹਿਸੀਲਦਾਰ ਦੀ ਕਿੱਡੀ ਕੁ ਪਾਵਰ ਹੁੰਦੀ ਹੈ, ਕਿੱਥੋਂ ਤੱਕ ਉਹਨਾਂ ਦਾ ਮਿਆਰ ਆਪਾਂ ਭਲੀ ਭੰਤ ਜਾਣੂ ਹਾਂ, ਤਾਂ ਕੀ ਆਪਣਾ ਕੋਈ ਵੀ ਵੱਡੇ ਲੈਵਲ ਦੀ, ਐਡੇ ਵੱਡੇ ਲੈਵਲ ਦੀਆਂ ਕੰਪਨੀਆਂ ਆਪਾਂ ਤੋਂ ਫਸਲ ਖਰੀਦ ਕਰਕੇ ਚਲੀਆਂ ਗਈਆਂ, ਆਪਾਂ ਨੂੰ ਚੈੱਕ ਦੇ ਗਈਆਂ ਵੀ ਤੁਸੀਂ 2 ਮਹੀਨਿਆਂ ਬਾਅਦ ਚੈੱਕ ਲਾ ਦਿਓ, ਤਾਂ ਕਿਸੇ ਵੀਰ ਦਾ ਕੋਈ ਚੈੱਕ ਨਹੀਂ ਮਿਲੂਗਾ, ਕੋਈ ਕੀਮਤ ਨਹੀਂ ਮਿਲੂਗੀ, ਤਾਂ ਉਹਦੀ ਦੇਣਦਾਰੀ ਕਿੱਥੇ ਹੈ? ਉਹਦੀ ਦੇਣਦਾਰੀ ਜਦੋਂ ਲੈਣ ਜਾਵਾਂਗੇ ਤਾਂ ਆਪਣੇ ਹਿੱਸੇ ਕੱਖ ਨਹੀਂ ਬਚੂਗਾ, ਕੁਝ ਨਹੀਂ ਬਚੂਗਾ। ਮੇਰੀ ਨੌਜਵਾਨ ਵੀਰਾਂ ਨੂੰ ਅਪੀਲ ਹੈ, ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਇਹ ਲੜਾਈ ਸਿਰਫ ਕਿਸਾਨ ਦੀ ਨਹੀਂ ਹੈ, ਇਕੱਲੇ ਕਿਸਾਨ ਦਾ ਹੱਕ ਨਹੀਂ ਮਰਦਾ, ਹਰੇਕ ਤਬਕੇ ਦੀ, ਹਰੇਕ ਜਾਤੀ ਦੀ, ਹਰੇਕ ਧਰਮ 'ਤੇ, ਹਰੇਕ ਜਿਉਂਦੇ ਜੀ 'ਤੇ ਇਸ ਚੀਜ਼ ਦਾ ਅਸਰ ਪੈਣਾ, ਤਾਂ ਜੋ ਲਾਮਬੰਦ ਹੋਵੋ, ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ। ਲੋਕ ਲਹਿਰਾਂ ਮੂਹਰੇ ਕਦੇ ਵੀ ਕੋਈ ਕਾਨੂੰਨ ਨਹੀਂ ਹੁੰਦਾ, ਲੋਕ ਲਹਿਰਾਂ ਮੂਹਰੇ ਹਰੇਕ ਸ਼ਾਸਕਾਂ ਨੂੰ ਝੁਕਣਾ ਹੀ ਪਿਆ। ਇਹ ਅੱਜ ਤੱਕ ਦਾ ਇਤਿਹਾਸ ਚੱਕ ਕੇ ਦੇਖ ਲਓ, ਜਿੱਥੇ ਕਿਤੇ ਵੀ ਲੋਕ ਲਹਿਰਾਂ ਚੱਲੀਆਂ ਨੇ ਤਾਂ ਸ਼ਾਸਕਾਂ ਨੂੰ ਲੋਕਾਂ ਦੇ ਮੁਤਾਬਕ ਢਾਲਣਾ ਪੈਂਦਾ, ਇੱਥੇ ਵੀ ਢਾਲਣਾ ਪਊਗਾ। ਸਾਨੂੰ ਕਿਤੇ ਮੰਗ ਪੱਤਰ ਦੇਣ ਦੀ ਲੋੜ ਨਹੀਂ, ਕਿਉਂ? ਕਿਉਂਕਿ ਅਸੀਂ ਕਿਸੇ ਤੋਂ ਕੋਈ ਚੀਜ਼ ਮੰਗ ਨਹੀਂ ਰਹੇ, ਇਹ ਸਾਡਾ ਹੱਕ ਹੈ, ਅਸੀਂ ਆਪਦਾ ਹੱਕ ਲੈਣਾ ਅਤੇ ਹੱਕ ਲੈ ਕੇ ਹੀ ਰਹਾਂਗੇ। ਜੈ ਜਨਤਾ, ਜੈ ਕਿਸਾਨ।